ਸਿਹਤ ਵਿਭਾਗ ਵੱਲੋਂ ਮਿਠਾਈਆਂ ਦੀਆਂ ਦੁਕਾਨਾਂ ਅਤੇ ਡੈਰੀਆਂ ਤੇ ਕੀਤੀ ਗਈ ਛਾਪੇਮਾਰੀ। ਅੱਜ ਕੱਲ ਮਿਲਾਵਟੀ ਸਮੱਗਰੀ ਖਾਣ ਨਾਲ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇੰਨੀ ਦਿਨੀ ਸਭ ਤੋਂ ਜ਼ਿਆਦਾ ਮਿਲਾਵਟ ਦੁੱਧ ਤੋਂ ਬਣੀਆਂ ਚੀਜ਼ਾਂ ਵਿੱਚ ਹੋ ਰਹੀ ਹੈ। ਇਸ ਨੂੰ ਲੈ ਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਮਲੇਰਕੋਟਲਾ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਰਵਿੰਦਰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੱਕੀ ਦਿਖੀਆਂ ਦੁੱਧ ਤੋਂ ਬਣੀਆਂ ਵਸਤਾਂ ਦੇ ਸੈਂਪਲ ਭਰ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ। ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਾਡੇ ਮਾਣਯੋਗ ਕਮਿਸ਼ਨਰ ਸ਼੍ਰੀ ਕੌਣ ਸਿੰਘ ਪੰਨੂ ਜੀ ਵੱਲੋਂ ਫੂਡ ਮਿਲਕ ਐਂਡ ਮਿਲਕ ਪ੍ਰੋਡਕਟ ਦੇ ਉੱਤੇ ਜਿਹੜੀ ਹੈ ਮੁਹਿੰਮ ਚੱਲ ਰਹੀ ਹੈ ਸੈਂਪਲਿੰਗ ਦੀ। ਅੱਜ ਅਸੀਂ ਸਭ ਤੋਂ ਪਹਿਲੇ ਮਲੇਰਕੋਟਲੇ ਦੇ ਵਿਖੇ ਹੈਦਰ ਨਗਰ ਵਿਖੇ ਰੇਡ ਕੀਤੀ ਸੀ ਅਤੇ ਉੱਥੇ ਇੱਕ ਮਿਲਕ ਸੈਂਟਰ ਸੀ, ਉੱਥੋਂ ਦੋ ਸੈਂਪਲ ਲਏ। ਉਸ ਤੋਂ ਬਾਅਦ ਫੱਲੇਵਾਲ ਪਿੰਡ ਦੇ ਵਿੱਚ ਇੱਕ ਗਰੇਵਾਲ ਡੈਰੀ ਸੀਗੀ, ਉਹ ਪਨੀਰ ਬਣਾ ਰਹੇ ਸੀ, ਪਨੀਰ ਦੇ ਉੱਤੋਂ ਦੋ ਸੈਂਪਲ ਲਏ। ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਲੰਘ ਰਹੇ ਸੀ ਤਾਂ ਅਸੀਂ ਦੇਖਿਆ ਵੀ ਦੁਕਾਨ ਖੁੱਲ੍ਹੀ ਹੈ, ਇਹ ਪਿੱਛੇ ਦੁੱਧ ਦਾ ਕੰਮ ਕਰਦਾ। ਅਤੇ ਜਦੋਂ ਅਸੀਂ ਆ ਕੇ ਦੇਖਿਆ ਵੀ ਇਹਦਾ ਜਿਹੜਾ ਪੈਕੋ ਹੈ ਉਹਦੇ ਵਿੱਚ 8000 ਲੀਟਰ ਦੁੱਧ ਸੀਗਾ। ਅਤੇ ਦੁੱਧ ਜਦੋਂ ਅਸੀਂ ਉਹਨੂੰ ਮੌਕੇ 'ਤੇ ਜਿਹੜੀ ਸਾਡੇ ਕੋਲ ਕਿੱਟ ਹੈ ਸਪੋਟ ਟੈਸਟਿੰਗ ਕਿੱਟ ਉਹਦੇ ਨਾਲ ਚੈੱਕ ਕੀਤਾ, ਜਿਵੇਂ ਸਟਾਰਚ ਹੈ, ਸ਼ੂਗਰ ਹੈ ਜਾਂ ਨਿਊਟਰਲਾਈਜ਼ਰ ਹੈ, ਉਹਦੇ ਵਿੱਚ ਕੋਈ ਵੀ ਨਹੀਂ ਪਾਇਆ ਗਿਆ। ਪਰ ਉਹਦੇ 8 ਕੁਇੰਟਲ ਦੁੱਧ 'ਚੋਂ ਅਸੀਂ ਇੱਕ ਸੈਂਪਲ ਲੈ ਕੇ ਜਿਹੜਾ ਲੈਬ 'ਚ ਭੇਜਾਂਗੇ। ਉਸ ਤੋਂ ਇਲਾਵਾ ਇਹਦੇ ਕੋਲ 4 ਕੁਇੰਟਲ ਜਿਹੜਾ ਦੇਸੀ ਘੀ ਹੈ ਉਹਦੇ 'ਚੋਂ ਵੀ ਇੱਕ ਸੈਂਪਲ ਲੈ ਲਿਆ, ਅਤੇ ਉਹ ਥੋੜ੍ਹਾ ਜਿਹਾ ਡਾਊਟਫੁੱਲ ਲੱਗਦਾ ਸੀ, ਇਸ ਕਰਕੇ ਉਹਨੂੰ ਜਿਹੜੇ ਸਾਡੇ ਫੂਡ ਸੇਫਟੀ ਅਫਸਰ ਹੈ ਮੈਡਮ ਦਿਵਿਆ ਗੌਰ ਸਵਾਮੀ ਵੱਲੋਂ ਸੀਲ ਕੀਤਾ ਗਿਆ ਅਤੇ ਉਹਦੀ ਰਿਪੋਰਟ ਆਉਣ ਤੱਕ ਜਿਹੜੀ ਉਹਦੀ ਸੇਲ ਬੰਦ ਕਰ ਦਿੱਤੀ ਗਈ ਹੈ। ਜਦੋਂ ਰਿਪੋਰਟ ਆਏਗੀ ਉਸ ਤੋਂ ਬਾਅਦ ਉਹਦੇ ਕਾਰਵਾਈ ਹੋਏਗੀ, ਅਗਰ ਉਹ ਸਹੀ ਪਾਇਆ ਗਿਆ ਤਾਂ ਜਿਹੜੀ ਉਹਦੀ ਸੀਲ ਆ ਖੋਲ੍ਹ ਦਿੱਤੀ ਜਾਏਗੀ। ਦੂਜੇ ਪਾਸੇ ਡੈਰੀ ਮਾਲਕ ਨੇ ਦੱਸਿਆ ਕਿ ਉਹਨਾਂ ਨੂੰ ਯਕੀਨ ਹੈ ਕਿ ਉਹਨਾਂ ਦਾ ਸਮਾਨ ਸਹੀ ਹੈ। ਜੀ ਬਸ ਦੁੱਧ ਦਾ ਹੀ ਆ ਜੀ, ਹੋਰ ਦੱਸੋ। ਹਾਂਜੀ ਹਾਂਜੀ, ਸੈਂਪਲ ਭਰਿਆ ਗਿਆ ਜੀ, ਉਹਨਾਂ ਨੇ ਆਪਣੀ ਸਾਰੀ ਉਰੇ ਟੈਸਟਿੰਗ ਕੀਤੀ, ਉਹਦੇ ਵਿੱਚ ਸਾਡਾ ਸਾਰਾ ਕੁਝ ਸਹੀ ਆਇਆ ਵਾ, ਅਤੇ ਬਸ ਹੋਰ ਤਾਂ ਕੋਈ ਸੀਲ ਵੀ ਕੀਤਾ ਜੀ। ਹਾਂਜੀ, ਉਹ ਘਿਓ 'ਚ ਕਹਿੰਦੇ ਥੋੜ੍ਹੀ ਜਿਹੀ ਪ੍ਰੋਬਲਮ ਲੱਗ ਰਹੀ ਆ, ਅਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ, ਜੇ ਸੈਂਪਲ ਫੇਲ ਹੋ ਗਿਆ ਤਾਂ ਉਹ ਤੁਸੀਂ ਡੋਲ ਸਕਦੇ ਹੋ। ਦੁੱਧ ਅਸੀਂ ਜੀ ਲੁਧਿਆਣੇ ਵੀ ਪਾਉਂਦੇ ਹਾਂ, ਅਹਿਮਦਗੜ੍ਹ ਵੀ ਪਾਉਂਦੇ ਹਾਂ ਜੀ, ਮਰੇਕੋਲੇ ਸੁਪਰ ਦੇ ਵੀ ਪਾਉਂਦੇ ਹਾਂ। ਨਹੀਂ ਮਿਲਾਵਟ ਤਾਂ ਨਹੀਂ ਜੀ, ਬਸ ਉਹ ਦੁੱਧ ਦੇ ਵਿੱਚ ਹੀ ਪੈ ਜਾਂਦਾ ਜੀ। ਹਾਂਜੀ ਹਾਂ, ਕਿੰਨਾ ਦੁੱਧ ਬਣ ਜਾਂਦਾ? ਨਹੀਂ ਬਣਦਾ ਨਹੀਂ ਹੈਗਾ ਜੀ, ਉਹ ਤਾਂ ਉਹੀ ਦੁੱਧ ਦੇ ਵਿੱਚ ਪੈਣਾ ਜੀ। ਉਹ ਕਾਹਦੇ ਵਾਸਤੇ ਪਾਉਣੇ ਤੁਸੀਂ? ਵੈਸੇ ਜੀ ਜਿਹੜਾ ਆਪਣੇ ਪਾਣੀ ਪੂਣੀ ਮਾੜਾ ਮੋਟਾ ਲੱਗਿਆ ਹੁੰਦਾ ਉਹਦੀ ਘਾਟ ਪੂਰੀ ਹੋ ਜਾਂਦੀ ਆ, ਪਨੀਰ ਪਨੂਰ ਦੇ ਵਾਸਤੇ ਆ ਜੀ, ਹੋਰ ਕੋਈ ਪ੍ਰੋਬਲਮ ਨਹੀਂ ਹੈ ਜੀ। ਵੈਸੇ ਗਲਤ ਹੈਗਾ ਪਾਉਣਾ ਦੁੱਧ ਦੇ ਵਿੱਚ? ਪਤਾ ਨਹੀਂ ਜੀ, ਹੁਣ ਗਲਤ ਆ ਜਾਂ ਨਹੀਂ ਜੀ, ਇਹ ਤਾਂ ਕੀ ਪਤਾ ਜੀ ਹੁਣ।